ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਮੱਛਰ ਭਜਾਉਣ ਦੇ ਇੱਕ ਵਧੀਆ ਤਰੀਕਾ ਦੱਸਦੇ ਹਾਂ। ਦੇਖੋ ਵੀਡੀਓ ਲਾਸਟ ਤੱਕ। ਸਭ ਤੋਂ ਪਹਿਲਾਂ ਤੁਸੀਂ ਲੈਣਾ ਇੱਕ ਕਾਗਜ਼ ਦਾ ਟੁਕੜਾ ਅਤੇ ਉਸ ਦੇ ਉੱਪਰ ਪਾ ਦੇਣਾ ਕੌਫੀ ਪਾਊਡਰ, ਅੱਧੇ ਚਮਚ ਦੇ ਕਰੀਬ ਲੈਣਾ ਕੌਫੀ ਪਾਊਡਰ ਅਤੇ ਇੱਕ ਲੈਣੀ ਆ ਕਪੂਰ ਦੀ ਟਿੱਕੀ। ਉਸ ਟਿੱਕੀ ਨੂੰ ਹੱਥ ਦੇ ਨਾਲ ਭੋਰ ਕੇ ਇਸ ਕੌਫੀ ਪਾਊਡਰ ਦੇ ਉੱਪਰ ਪਾ ਦੇਣੀ ਆ ਅਤੇ ਫਿਰ ਇਸ ਨੂੰ ਗੋਲ ਪੋਟਲੀ ਬਣਾ ਕੇ ਇੱਕ ਦੀਵੇ ਦੇ ਵਿੱਚ ਰੱਖ ਦਿਓ। ਅਗਰ ਤੁਹਾਡੇ ਘਰ ਵਿੱਚ ਦੀਵਾ ਨਹੀਂ ਹੈਗਾ ਤਾਂ ਤੁਸੀਂ ਕੋਈ ਪੁਰਾਣੀ ਕੌਲੀ ਜਾਂ ਪਲੇਟ ਲੈ ਸਕਦੇ ਹੋ ਅਤੇ ਫਿਰ ਇਸ ਨੂੰ ਅੱਗ ਲਗਾ ਦੇਣੀ ਆ। ਦੇਖੋ ਹੁਣ ਜਲਣ ਲੱਗ ਗਿਆ। ਜਦ ਇਸ ਦੀ ਅੱਗ ਮੱਠੀ ਹੋ ਜਾਊਗੀ ਫਿਰ ਇਸ ਦੇ ਵਿੱਚ ਆਪਾਂ ਬਾਕੀ ਚੀਜ਼ਾਂ ਪਾਵਾਂਗੇ। ਦੇਖੋ ਹੁਣ ਇਹ ਚੰਗੀ ਤਰ੍ਹਾਂ ਕੌਫੀ ਪਾਊਡਰ ਜਲ ਰਿਹਾ ਹੈ ਅਤੇ ਥੋੜ੍ਹੇ ਹੀ ਟਾਈਮ ਬਾਅਦ ਇਸ ਦਾ ਸੇਕ ਅੱਗ ਘੱਟ ਜਾਵੇਗੀ। ਹੁਣ ਇਸ ਦੀ ਅੱਗ ਘੱਟ ਗਈ ਹੈ। ਇਸ ਦੇ ਵਿੱਚ ਮੈਂ ਪਾ ਦਿੱਤੇ ਨੇ 3-4 ਲੌਂਗ। ਜਦੋਂ ਲੌਂਗ ਪਾਉਣੇ ਆ ਬਸ ਇਹ ਗੱਲ ਦਾ ਖਿਆਲ ਰੱਖਣਾ ਕਿ ਅੱਗ ਬੁਝੇ ਨਾ, ਧਿਆਨ ਦੇ ਨਾਲ ਲੌਂਗ ਪਾਉਣੇ ਆ। ਜਦ ਲੌਂਗ ਹਲਕੇ ਜੇ ਜਲ ਜਾਣ ਤਾਂ ਫਿਰ ਉਸ ਦੇ ਉੱਪਰ ਪਾ ਦੇਣਾ ਕੜੀ ਪੱਤਾ, ਫਰੈਸ਼ ਕੜੀ ਪੱਤਾ ਲੈਣਾ ਸੁੱਕਾ। ਮੈਂ ਇੱਥੇ ਕੜੀ ਪੱਤਾ ਪਾ ਦਿੱਤਾ। ਫਿਰ ਉਸ ਤੋਂ ਬਾਅਦ ਪਾ ਦੇਣੇ ਨਿੰਮ ਦੇ ਸੁੱਕੇ ਪੱਤੇ, ਕੌੜੀ ਨਿੰਮ ਜਿਹੜੀ ਉਹ ਲੈਣੀ, ਉਸ ਦੇ ਕੁਛ ਹੀ ਸੁੱਕੇ ਪੱਤੇ ਪਾ ਦੇਣੇ ਆ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਕੋਟਨ ਦੀ ਵੱਟੀ ਬਣਾ ਲੈਣੀ ਆ ਅਤੇ ਸਰ੍ਹੋਂ ਦੇ ਤੇਲ ਵਿੱਚ ਵੱਟੀ ਨੂੰ ਚੰਗੀ ਤਰ੍ਹਾਂ ਭਿਓ ਕੇ ਇਸ ਨੂੰ ਅੱਗ ਲਾ ਦੇਣੀ ਆ ਤਾਂ ਜੋ ਇਸ ਦਾ ਧੂੰਆਂ ਸਾਰੇ ਘਰ ਵਿੱਚ ਫੈਲ ਸਕੇ। ਅਗਰ ਤੁਸੀਂ ਨਿੰਮ ਦੇ ਪੱਤੇ ਨਹੀਂ ਤੁਹਾਡੇ ਘਰ ਵਿੱਚ ਹੈਗੇ ਤਾਂ ਤੁਸੀਂ ਨਿੰਮ ਦੇ ਪੱਤੇ ਦੀ ਜਗ੍ਹਾ 'ਤੇ ਇਹ ਨਿੰਮ ਦੇ ਤੇਲ ਦੇ ਵਿੱਚ ਵੱਟੀ ਨੂੰ ਭਿਉਂ ਕੇ ਅੱਗ ਲਗਾ ਸਕਦੇ ਹੋ ਤਾਂ ਜੋ ਇਸ ਨਿੰਮ ਦੀ ਸਮੈਲ ਦੇ ਨਾਲ ਆਪਣੇ ਘਰ ਵਿੱਚ ਬਿਲਕੁਲ ਵੀ ਮੱਛਰ ਨਾ ਪਹੁੰਚ ਸਕੇ। ਦੇਖੋ ਦੋਸਤੋ, ਤੁਹਾਡੇ ਸਾਹਮਣੇ ਇਸ ਦੇ ਵਿੱਚ ਸਾਰੀਆਂ ਚੀਜ਼ਾਂ ਪਾ ਦਿੱਤੀਆਂ। ਬਸ ਹੁਣ ਦੋ ਚੀਜ਼ਾਂ ਹੋਰ ਪਾਉਣੀਆਂ। ਇੱਕ ਤਾਂ ਪਾਉਣੀ ਅਜਵੈਣ, ਅੱਧਾ ਚਮਚ ਦੇ ਕਰੀਬ ਪਾ ਦੇਣੀ ਆ ਅਜਵੈਣ, ਅਤੇ ਫਿਰ ਉਸ ਤੋਂ ਬਾਅਦ ਪਾਉਣਾ ਲਸਣ ਦੀਆਂ ਛਿੱਲਾਂ। ਜਿਵੇਂ ਆਪਣੇ ਅਕਸਰ ਹੀ ਘਰ ਵਿੱਚ ਲਸਣ ਪਿਆ ਹੁੰਦਾ, ਛਿੱਲਾਂ ਪਈਆਂ ਹੁੰਦੀਆਂ, ਉਹਨਾਂ ਸੁੱਟਣ ਦੀ ਬਜਾਏ ਇਸ ਤਰ੍ਹਾਂ ਸਟੋਰ ਕਰਕੇ ਰੱਖ ਲਓ। ਦੋਸਤੋ ਇਸ ਦੇ ਧੂੰਏ ਦੇ ਨਾਲ ਬਿਲਕੁਲ ਵੀ ਮੱਛਰ ਨਹੀਂ ਆਏਗਾ। ਤੁਸੀਂ ਇਸ ਟ੍ਰਿਕ ਨੂੰ ਜ਼ਰੂਰ ਘਰ ਵਿੱਚ ਵਰਤਿਓ ਅਤੇ ਇਸ ਟ੍ਰਿਕ ਦਾ ਕੋਈ ਫਾਇਦਾ ਹੋਇਆ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਜੇਕਰ ਤੁਹਾਡੇ ਘਰੇ ਸਾਰਾ ਸਮਾਨ ਪਿਆ ਤਾਂ ਤੁਸੀਂ ਇਸ ਨੂੰ ਇੱਕ ਬਾਕਸ ਵਿੱਚ ਪਾ ਕੇ ਇਕੱਠਾ ਸਟੋਰ ਕਰਕੇ ਰੱਖ ਸਕਦੇ ਹੋ ਅਤੇ ਡੇਲੀ ਰਾਤ ਨੂੰ ਇਸ ਦੇ ਇਸ ਤਰ੍ਹਾਂ ਧੂੰਆਂ ਦੇਣ ਨਾਲ ਘਰ ਵਿੱਚ ਬਿਲਕੁਲ ਵੀ ਮੱਛਰ ਨਹੀਂ ਆਏਗਾ। ਦੋਸਤੋ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਦੱਸਿਓ।